ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਮੈਂ ਹਾਂ ਗੌਤਮ ਕੁਮਾਰ ਇਸ ਵਕਤ ਅਸੀਂ ਬਠਿੰਡਾ ਸ਼ਹਿਰ ਦੇ ਵਿੱਚ ਮੌਜੂਦ ਹਾਂ ਤੇ ਬਠਿੰਡਾ ਸ਼ਹਿਰ ਦੇ ਵਿੱਚ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਦੇ ਵਿੱਚ ਕਾਫੀ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਸੰਘਣੀ ਧੁੰਦ ਪੈ ਰਹੀ ਹੈ ਤਾਪਮਨ ਦੇ ਵਿੱਚ ਕਾਫੀ ਕਿਰਾਵਟ ਵੇਖੀ ਜਾ ਰਹੀ ਹੈ ਅੱਜ ਸਵੇਰ ਤੋਂ ਹੀ ਧੁੰਦ ਕਾਫੀ ਸੰਘਣੀ ਸੀ ਕਰੀਬ-ਕਰੀਬ ਜ਼ੀਰੋ ਵਿਜ਼ਿਬਿਲਟੀ ਦੇ ਕਰੀਬ ਸੀ ਤੇ ਜਦੋਂ ਅਸੀਂ ਹਾਈਟ ਦੇ ਉੱਤੇ ਖੜ ਕੇ ਜੇਕਰ ਨਿਗਾਹ ਮਾਰੀਏ ਤਾਂ ਇੱਕ ਘਰ ਤੋਂ ਦੂਸਰੇ ਘਰ ਤੱਕ ਘਰ ਵੀ ਦਿਖਾਈ ਨਹੀਂ ਦੇ ਰਹੇ ਸੀ ਤੇ ਵਾਹਨ ਵੀ ਕਾਫੀ ਸਲੋ ਡਰਾਈਵ ਕਰਨ ਤੇ ਮਜਬੂਰ ਨੇ ਮੌਸਮ ਵਿਭਾਗ ਦੇ ਵੱਲੋਂ ਬਠਿੰਡਾ ਸ਼ਹਿਰ ਦੇ ਵਿੱਚ ਵੀ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਬਠਿੰਡਾ ਸ਼ਹਿਰ ਦੇ ਵਿੱਚ ਤਾਪਮਾਨ ਜੋ ਹੈ ਉਹ 6.4.6 ਡਿਗਰੀ ਘੱਟ ਤੋਂ ਘੱਟ ਤਾਪਮਾਨ ਦੇਖਿਆ ਜਾ ਰਿਹਾ ਤੇ ਦੂਸਰੇ ਪਾਸੇ ਜਿਹੜਾ ਵੱਧ ਤੋਂ ਵੱਧ ਤਾਪਮਾਨ ਹੈ ਉਹ 14.6 ਡਿਗਰੀ ਜੋ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਜਾ ਰਿਹਾ ਤੇ ਮੌਸਮ ਦੇ ਵਿੱਚ ਜੋ ਨਮੀ ਹੈ ਉਹ ਕਰੀਬ-ਕਰੀਬ 96 ਪਰਸੈਂਟੇਜ ਦੱਸੀ ਜਾ ਰਹੀ ਹੈ ਤੇ ਜਿਹੜੀ ਹਵਾ ਹੈ ਠੰਡ ਲਹਿਰ ਜਿਸ ਨੂੰ ਅਸੀਂ ਕਹਿੰਦੇ ਆ ਉਹ ਠੰਡ ਲਹਿਰ ਜੋ ਹੈ ਉਹ 22 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਵੇਖੀ ਜਾ ਰਹੀ ਹੈ ਤੇ ਇਸ ਵਕਤ ਅਸੀਂ ਬਠਿੰਡਾ ਦੇ ਆਈਟੀਆਈ ਫਲਾਈਓਵਰ ਦੇ ਉੱਤੇ ਮੌਜੂਦ ਹਾਂ ਤੁਸੀਂ ਤਸਵੀਰਾਂ ਮੇਰੇ ਪਿੱਛੇ ਦੇਖ ਸਕਦੇ ਹੋ ਜਿੱਥੇ ਗੱਡੀਆਂ ਜੋ ਨੇ ਉਹ ਕਾਫੀ ਸਲੋ ਡਰਾਈਵ ਦੇ ਉੱਤੇ ਵੇਖਣ ਨੂੰ ਮਿਲ ਰਹੀਆਂ ਨੇ ਲਾਈਟਾਂ ਤੇ ਫੋਗ ਲੈਂਪਸ ਜੋ ਨੇ ਉਹ ਗੱਡੀਆਂ ਦੇ ਵੱਲੋਂ ਗੱਡੀਆਂ ਦੇ ਜਗਾਏ ਗਏ ਨੇ ਤੇ ਸਲੋ ਡਰਾਈਵ ਕਰ ਰਹੇ ਨੇ ਲੋਕ ਇਹ ਇਹ ਧੁੰਦ ਦਾ ਇੰਪੈਕਟ ਹੈ ਜਿਸ ਦੇ ਕਰਕੇ ਆਵਾਜਾਈ ਕਾਫੀ ਪ੍ਰਭਾਵਿਤ ਹੋ ਰਹੀ ਹੈ ਤੇ ਚਾਰੇ ਪਾਸੇ ਜੋ ਤੁਸੀਂ ਤਸਵੀਰਾਂ ਇਹ ਦੇਖ ਰਹੇ ਬਠਿੰਡਾ ਸ਼ਹਿਰ ਦੇ ਮੇਨ ਐਂਟਰੈਂਸ ਜਿੱਥੋਂ ਅਸੀਂ ਆਈਟੀਆਈ ਟਾਵਰ ਜੋ ਆਈਟੀਆਈ ਫਲਾਈਓਵਰ ਦੇ ਉੱਤੇ ਅਸੀਂ ਖੜੇ ਆ ਉੱਥੋਂ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮੇਰੇ ਬਿਲਕੁਲ ਠੀਕ ਸਾਹਮਣੇ ਤੁਸੀਂ ਟੀਵੀ ਟਾਵਰ ਦੇਖ ਸਕਦੇ ਹੋ ਕਿ ਟੀਵੀ ਟਾਵਰ ਦੀ ਵਿਜ਼ਿਬਿਲਟੀ ਵੀ ਬਿਲਕੁਲ ਥੋੜੀ ਘਟ ਕੱਟ ਗਈ ਹੈ ਹੁਣ ਫਿਲਹਾਲ ਦਾ ਜੋ ਮੌਸਮ ਹੈ ਇਸ ਵਕਤ ਠੰਡ ਦਾ ਬਿਲਕੁਲ ਪੀਕ ਦੇ ਉੱਤੇ ਹੈ ਤੇ ਇਸੇ ਤਰੀਕੇ ਦੇ ਨਾਲ ਇਹ ਮੌਸਮ ਕਰੀਬ ਕਰੀਬ ਇੱਕ ਹਫ਼ਤੇ ਤੱਕ ਰਹਿਣ ਵਾਲਾ ਹੈ ਤੇ ਬਠਿੰਡਾ ਇਸ ਸਮੇਂ ਠੰਡ ਦੀ ਮਾਰ ਚੱਲ ਚੱਲ ਰਿਹਾ ਤੇ ਇਸ ਵਕਤ ਸਭ ਤੋਂ ਵੱਡੀ ਆਫਤ ਬੱਚਿਆਂ ਅਤੇ ਬਜ਼ੁਰਗਾਂ ਦੇ ਲਈ ਬਣੀ ਹੋਈ ਹੈ ਕਿਉਂਕਿ ਬੱਚਿਆਂ ਨੂੰ ਆ کافی ਜ਼ਿਆਦਾ ਇਸ ਠੰਡ ਦੇ ਪ੍ਰਭਾਵ ਦੇ ਤੋਂ ਥੋੜਾ ਜ਼ਿਆਦਾ ਦਿੱਕਤਾਂ ਆਉਂਦੀਆਂ ਨੇ ਤੇ ਇਸੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਵੱਲੋਂ ਜੋ ਸਕੂਲ ਦੇ ਜੋ ਛੁੱਟੀਆਂ ਸੀ ਸਰਦੀਆਂ ਦੀ ਤਾਂ ਉਹਨਾਂ ਦੇ ਉੱਤੇ ਵੀ ਹੁਣ ਐਕਸਟੈਂਡ ਕਰ ਦਿੱਤੀ ਗਈ ਹੈ ਡੇਟ ਤੇ 8 9 ਜਨਵਰੀ ਤੋਂ ਬਾਅਦ ਸਕੂਲ ਜੋ ਨੇ ਉਹ ਖੁੱਲਣਗੇ ਤੇ ਉਸ ਦੇ ਕਰਕੇ ਹੀ ਕਾਫੀ ਜੜੀਆਂ ਹੋਰ ਹਦਾਇਤਾਂ ਜੜੀਆਂ ਨੇ ਸਿਹਤ ਵਿਭਾਗ ਦੇ ਵੱਲੋਂ ਵੀ ਜਾਰੀ ਕੀਤੀਆਂ ਗਈਆਂ ਨੇ ਕਿ ਜ਼ਰੂਰਤ ਪੈਣ ਤੇ ਹੀ ਲੋਕ ਆਪਣੇ ਘਰੋਂ ਬਾਹਰ ਨਿਕਲਣ ਖਾਸ ਤੌਰ ਦੇ ਉੱਤੇ ਹਦਾਇਤਾਂ ਜੋ ਨੇ ਉਹ ਬੱਚੇ ਅਤੇ ਬਜ਼ੁਰਗਾਂ ਦੇ ਲਈ ਨੇ ਕਿਉਂਕਿ ਇਹ ਠੰਡ ਦੇ ਚਪੇਟ ਦੇ ਵਿੱਚ ਜਲਦੀ ਆਉਂਦੇ ਨੇ ਤੇ ਇਸੇ ਕਰਕੇ ਬਠਿੰਡਾ ਸ਼ਹਿਰ ਦੇ ਵਿੱਚ ਕੜਾਕੇ ਦੀ ਠੰਡ ਦੇ ਮੱਦੇ ਨਜ਼ਰ ਲੋਕ ਆਪਣੀ ਸੇਫਟੀ ਦੇ ਲਈ ਆਪਣੇ ਠੰਡ ਤੋਂ ਬਚਾਅ ਦੇ ਲਈ ਜਾਂ ਤਾਂ ਅੱਗ ਦਾ ਸਹਾਰਾ ਲੈ ਰਹੇ ਨੇ ਜਾਂ ਫਿਰ ਚਾਹ ਪੀ ਕੇ ਆਪਣਾ ਸਮਾਂ ਗੁਜ਼ਾਰ ਰਹੇ ਨੇ ਇਸੇ ਗੱਲ ਨੂੰ ਲੈ ਕੇ ਕਈ ਲੋਕ ਇਸ ਠੰਡ ਦੇ ਲਈ ਅ ਠੰਡ ਨੂੰ ਇੰਜੋਏ ਵੀ ਕਰ ਰਹੇ ਨੇ ਕਈਆਂ ਦੇ ਲਈ ਇਹ ਠੰਡ ਆਫਤ ਭਰੀ ਹੈ ਤੇ ਦੂਸਰੇ ਪਾਸੇ ਕਈ ਲੋਕਾਂ ਦੇ ਲਈ ਇਹ ਠੰਡ ਆਫਤ ਭਰੀ ਵੀ ਹੈ ਤੇ ਜਿਹੜੀ ਰਾਹਤ ਦੀ ਗੱਲ ਕਰੀਏ ਤਾਂ ਕਈ ਜੋ ਖੇਤੀਬਾੜੀ ਮਹਾਰ ਦੱਸਦੇ ਨੇ ਕਿ ਜੋ ਇਹ ਪੰਜਾਬ ਦਾ ਮੁੱਖ ਕੀਤਾ ਖੇਤੀਬਾੜੀ ਆ ਤਾਂ ਖੇਤੀਬਾੜੀ ਦੇ ਲਈ ਇਹ ਠੰਡ ਕਾਫੀ ਜ਼ਿਆਦਾ ਲਾਹੇਵੰਦ ਵੀ ਹੈ ਤੇ ਦੂਸਰੇ ਪਾਸੇ ਜੋ ਲੋਕ ਬੇ ਬੇਕਰ ਨੇ ਜਿਨ੍ਹਾਂ ਕੋਲੇ ਆਪਣੇ ਖੁਦ ਦੇ ਆਸ਼ਿਆਨਾ ਨਹੀਂ ਹੈ ਤਾਂ ਉਹਨਾਂ ਦੇ ਲਈ ਇਹ ਠੰਡ ਆਫਤ ਭਰੀ ਹੈ ਤੇ ਉਹਨਾਂ ਦੇ ਲਈ ਕਈ ਸਮਾਜ ਸੇਵੀ ਸੰਸਥਾਵਾਂ ਵੀ ਕੰਮ ਕਰ ਰਹੀਆਂ ਨੇ ਏ ਜੋ ਉਹਨਾਂ ਦੇ ਲਈ ਕੰਬਲ ਤੱਕ ਮੁਹੱਈਆ ਕਰਵਾ ਰਹੇ ਨੇ ਕਈ ਚਾਦਾ ਲੰਗਰ ਲਗਾ ਰਹੇ ਨੇ ਤਾਂ ਬਠਿੰਡਾ ਸ਼ਹਿਰ ਦੇ ਵਿੱਚ ਇਸ ਸਮੇਂ ਜੋ ਇਹ ਸਥਿਤੀ ਠੰਡ ਦੇ ਕਰਕੇ ਬਣੀ ਹੋਈ ਆ ਤਾਂ ਇਹ ਇਸੇ ਨੂੰ ਲੈ ਕੇ ਜਿਹੜਾ ਇਹ ਸਥਿਤੀ ਕਰੀਬ ਕਰੀਬ 1 ਹਫ਼ਤੇ ਤੱਕ ਬਣੀ ਰਹਿੰਦੇ ਜੋ ਅਨੁਮਾਨ ਹੈ ਇਹ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਸਹਿਯੋਗੀ ਸੁਰਜ ਦੇ ਨਾਲ ਗੌਤਮ ਕੁਮਾਰ ਤੁਸੀਂ ਦੇਖ ਰਹੇ ਹੋ ਡੇਲੀ ਪੋਚ ਪੰਜਾਬ ਹਰਿਆਣਾ ਹਿਮਾਚਲ ਬਠਿੰਡਾ